हाँ जी भाई जी, सत श्री अकाल सारिआं नूं, की हाल चाल ने तुहाडे। स्वागत है अपने चैनल पंजाबी नहंगरी ते। ते अज भाई जी आपां फिर आए हुए सी बुद्धापेस्ट, अपना आड़ी चलिया वा जर्मनी नूं, इत्थों बुद्धापेस्ट तों हंगरी तों जर्मनी। इत्थे कम दे बेस ते ही आया सी मुंडा, ते गाहां इहदे हैगे ने रिश्तेदार, उत्थे जाऊगा अगे जर्मनी जां पुर्तगाल जिथे इहदा जी करू। ਜਾਣੀ ਇੱਥੋਂ ਆਪਾਂ ਬੁੱਧਾ ਹੰਗਰੀ ਤੋਂ ਜਾ ਸਕਦੇ ਹਾਂ। ਆਪਾਂ ਇਹ ਦਿਖਾਉਣਾ ਅੱਜ ਵੀ ਇੱਥੋਂ ਟਿਕਟ ਲੈ ਕੇ ਆਪਾਂ ਅੱਗੇ ਜਾ ਸਕਦੇ ਹਾਂ, ਕੋਈ ਚੱਕਰ ਨਹੀਂ ਡਰਨ ਵਾਲਾ। ਜੇ ਬੱਸ 'ਚ ਜਾਣਾ ਬੱਸ 'ਚ ਜਾਓ, ਜੇ ਜਾਣੀ ਜਹਾਜ਼ 'ਚ ਜਾਣਾ ਜਹਾਜ਼ 'ਚ ਜਾ ਸਕਦੇ ਹਾਂ ਤੁਸੀਂ। ਆਹ ਦੇਖੋ ਆਹ ਮੁੰਡਾ ਚੱਲਿਆ ਵਾ ਅੱਜ, ਕੀ ਨਾਮ ਆ ਬਾਈ ਤੇਰਾ? ਸੁਖਚੈਨ ਸਿੰਘ ਮੁੰਡਾ ਇਹ ਕਿੱਥੋਂ? ਪੰਜਾਬ ਤੋਂ? ਮੋਗੇ। ਇਹ ਮੋਗੇ ਤੋਂ ਆ ਮੁੰਡਾ ਆਪਣਾ ਅੜੀ, ਅਤੇ ਇਹਨੇ ਇੱਥੇ ਹੋ ਗਏ 2-3 ਮਹੀਨੇ ਹੋ ਗਏ ਸੀ ਆਏ ਨੂੰ, ਅਤੇ ਹੁਣ ਇਹਨੇ ਚਲੇ ਜਾਣਾ ਅੱਗੇ। ਅਤੇ ਅੱਜ ਅਸੀਂ ਬੁੱਧਾਪੇਸਟ ਆਏ ਸੀ, ਆ ਬੱਸ ਅੱਡੇ 'ਚ ਬੈਠਿਆ ਸੀ, ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਬੱਸ ਬੁੱਸ ਮਿਲਦੀ ਆ, ਵੀ ਕਿੰਨੇ ਇੱਕ ਦੀ ਟਿਕਟ ਹੁੰਦੀ ਆ, ਉਹ ਸਾਰਾ ਦਿਖਾਉਂਦੇ ਹਾਂ ਤੁਹਾਨੂੰ। ਆ ਜਾਓ ਅੱਗੇ। ਆਹ ਦੇਖੋ ਬਾਈ ਜੀ, ਆ ਅੱਡਾ ਬਾਂਦਰੋਂ ਬੁੱਧਾਪੇਸਟ ਦਾ ਅੱਡਾ। ਆ ਪੈਸੇ ਪੂਸੇ ਚੇਂਜ ਕਰਾ ਸਕਦੇ ਹਾਂ ਇੱਥੋਂ ਆਪਾਂ ਸਾਰਾ ਕੁਝ। ਆ ਸਭ ਮਸ਼ੀਨਾਂ ਨੇ, ਯੂਰੋ ਤੋਂ ਫੋਰੀਐਂਟ ਵੀ ਕਢਾ ਸਕਦੇ ਹੋ ਏ ਟੀ ਐੱਮ, ਜੇ ਤੁਹਾਡੇ ਕੋਲ ਏ ਟੀ ਐੱਮ ਤੋਂ ਯੂਰੋ ਫੋਰੀਐਂਟ ਕਢਾ ਸਕਦੇ ਹੋ। ਆ ਦੇਖੋ ਆ ਮੁੰਡੇ ਦੀ ਟਿਕਟ ਆ ਫਲਿਕਸ ਬੱਸ ਦੀ ਟਿਕਟ ਲਓ ਹਮੇਸ਼ਾ। ਆ ਦੇਖੋ ਅੱਡਾ, ਦੇਖੋ ਕਿੰਨਾ ਘੈਂਟ ਅੰਦਰ ਇਹ ਬੱਸ ਅੱਡਾ, ਜਿਵੇਂ ਆਪਣਾ ਲੁਧਿਆਣੇ ਦਾ ਮੇਨ ਅੱਡਾ, ਇਹ ਬੁੱਧਾਪੇਸਟ ਦਾ ਮੇਨ ਬੱਸ ਅੱਡਾ ਵਾ। ਇੱਥੋਂ ਤੁਸੀਂ ਬੱਸਾਂ 'ਚ ਕਿਤੇ ਵੀ ਜਾ ਸਕਦੇ ਹੋ, ਚਾਹੇ ਜਰਮਨੀ, ਹੋਰ ਕਰਸ਼ੀਆ, ਚੈੱਕ ਰਿਪਬਲਿਕ, ਹੋਰ ਕਿਤੋਂ ਵੀ ਟਿਕਟ, ਕਿਤੇ ਦੀ ਵੀ ਇੰਟਰਨੈਸ਼ਨਲ ਟਿਕਟ ਲੈ ਸਕਦੇ ਹੋ ਇੱਥੋਂ ਬੱਸ ਅੱਡੇ ਤੋਂ। ਇਹ ਜਿਹੜਾ ਬੱਸ ਅੱਡਾ ਵਾ, ਇਹ ਨੈਪਲੀ ਗੇਟ 'ਤੇ ਬੱਸ ਅੱਡਾ ਵਾ, ਅਤੇ ਆਹ ਤੁਹਾਨੂੰ ਬਾਹਰੋਂ ਦਿਖਾਉਂਦੇ ਹਾਂ ਸਾਰਾ। ਆਹ ਦੇਖੋ ਬੱਸਾਂ ਹੀ ਬੱਸਾਂ ਖੜ੍ਹੀਆਂ ਨੇ। ਕਿੱਧਰ ਆ ਗਏ ਆਪਾਂ? 7 ਨੰਬਰ 'ਤੇ ਆਉਣਾ ਜੀ ਆਪਾਂ। ਆਹ ਦੇਖੋ ਇੱਧਰੋਂ ਇਹ ਬੱਸ ਅੱਡਾ ਖੜ੍ਹੀਆਂ ਨੇ, ਬੱਸਾਂ ਹੀ ਬੱਸਾਂ ਖੜ੍ਹੀਆਂ ਨੇ। ਆਹ ਦੇਖੋ ਉੱਤੇ ਲਿਖਿਆ ਵੀ ਹੁੰਦਾ, ਜਿਵੇਂ ਆਪਣੇ ਲੁਧਿਆਣੇ ਲਿਖਿਆ ਹੁੰਦਾ, ਸ਼ਹਿਰਾਂ ਦੇ ਨਾਂ ਲਿਖੇ ਨੇ, ਪਾਰਾ। ਉਹ ਵੀ ਮੁੰਡਾ ਚੱਲਿਆ ਆਪਣਾ ਫਲਿਕਸ ਬੱਸ 'ਚ, ਖੜ੍ਹੀ ਆ ਫਲਿਕਸ ਬੱਸ, ਇਹ ਜਾਣੀ ਆ ਸਿੱਧੀ, ਇਹਦੀ ਸਟੇ ਹੈ। ਹਾਂਜੀ, ਅਤੇ ਆਹ ਲਓ ਮੁੰਡਾ ਚੜ੍ਹਾਤਾ ਆਪਾਂ ਫਲਿਕਸ ਬੱਸ 'ਚ। ਇਹ ਹੁਣ ਰੁਕੂਗੀ ਚੈੱਕ ਰਿਪਬਲਿਕ 'ਤੇ ਸਟੇ ਆ ਇਹਦੀ, ਚੈੱਕ ਰਿਪਬਲਿਕ ਪਰਾਗਾ ਜਿਹੜੀ ਸ਼ਹਿਰ ਆ ਪਰਾਗਾ, ਉੱਥੇ ਸਟੇ ਆ ਉਹਦੀ ਲਗਭਗ ਘੰਟੇ ਦੀ। ਇਹ ਪਹੁੰਚੂ ਮੁੰਡਾ ਹੁਣ ਅੱਜ ਦੇ ਲਗਭਗ, ਇੱਥੇ ਵੱਜ ਗਏ 12:30 ਹੋ ਗਏ ਦੁਪਹਿਰ ਦੇ, ਅਤੇ ਇਹਨੇ ਪਹੁੰਚ ਜਾਣਾ ਮੁੰਡੇ ਨੇ ਤੜਕਿਓ ਤਿੰਨ ਵਜੇ ਉੱਤਰ ਜਾਣਾ ਉੱਧਰ ਜਰਮਨੀ, ਅਤੇ ਘੰਟੇ ਦੀ ਸਟੇ ਆ ਰਾਹ 'ਚ, ਮਤਲਬ 10-12 ਘੰਟੇ ਲੱਗ ਜਾਂਦੇ ਆ ਜਰਮਨੀ ਨੂੰ, ਹੰਗਰੀ ਤੋਂ ਜਰਮਨੀ ਜਾਣ ਲਈ। ਅਤੇ ਇਹਦੇ ਲਈ ਡਾਕੂਮੈਂਟ ਤੁਹਾਡੇ ਕੋਲ ਪਾਸਪੋਰਟ 'ਤੇ ਜਾਂ ਤਾਂ ਵੀਜ਼ਾ ਹੋਣਾ ਚਾਹੀਦਾ ਜਿਹੜਾ ਆਪਣਾ ਲੱਗਦਾ ਹੁੰਦਾ, ਸਾਲ ਦਾ ਜਾਂ 2 ਸਾਲ ਦਾ, ਉਹਦੀ ਡੇਟ ਹੋਣੀ ਚਾਹੀਦੀ ਹੈ, ਜਾਂ ਫਿਰ ਹੰਗਰੀ ਦੀ ਰੈਜੀਡੈਂਸੀ ਕਾਰਡ ਹੋਣਾ ਚਾਹੀਦਾ, ਅਤੇ ਤੁਸੀਂ ਇੱਥੋਂ ਬੁੱਧਾਪੇਸਟ ਤੋਂ ਬੱਸ ਬਹਿ ਕੇ ਜਾ ਸਕਦੇ ਹੋ। ਹਾਂ ਦੇਖੋ ਬੱਸ ਅੱਡਾ ਬਹੁਤ ਵੱਡਾ, ਇੱਥੋਂ ਹਰੇਕ ਸ਼ਹਿਰ ਦੀ ਇੱਥੋਂ ਬੱਸ ਮਿਲ ਜਾਂਦੀ ਹੈ, ਹਰੇਕ ਦੇਸ਼ ਦੀ, ਮਤਲਬ ਕਰਸ਼ੀਆ ਜਿਹੜੇ ਨੇੜੇ ਤੇੜੇ ਸ਼ਹਿਰ ਨੇ ਉੱਥੇ ਤੁਸੀਂ ਬੱਸਾਂ ਰਾਹੀਂ ਜਾ ਸਕਦੇ ਹੋ ਬਰਲਿਨ। ਹੁਣ ਇਹ ਮੁੰਡੇ ਨੇ ਜਰਮਨੀ ਜਾਣਾ ਵਾ, ਅਤੇ ਇੱਥੋਂ ਜਾਣੀ ਇਹਨੇ 2 ਮਹੀਨੇ ਲਾਏ ਨੇ ਕੰਮ 'ਤੇ, ਕੰਮ ਇਹਨੂੰ ਔਖਾ ਲੱਗਿਆ, ਗਾਹਾਂ ਹੈਗਾ ਕੰਮ ਤਾਂ ਬਾਈ ਦਾ ਹੈਗੀ ਆ ਸੈਟਿੰਗ ਸੂਟਿੰਗ, ਅਤੇ ਗਾਹਾਂ ਜਾ ਕੇ ਇਹਨੇ ਹੁਣ ਕੰਮ ਕਰ ਲੈਣਾ ਵਾ। ਅਤੇ ਚਲੋ ਠੀਕ ਆ ਜੀ, ਇੱਥੋਂ ਘਾਉਣਾ ਜੀ ਤੁਹਾਨੂੰ ਬਲੌਗ 'ਚ, ਇਹ ਬੁੱਧਾਪੇਸਟ ਦਾ ਜਾਣੀ ਬੱਸ ਅੱਡਾ ਮੇਨ। ਅਤੇ ਲਾਈਕ ਕਰ ਦਿਓ, ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ, ਅਤੇ ਸ਼ੇਅਰ ਕਰ ਦਿਓ ਹੈ ਨਾ, ਅਤੇ ਹੋਰ ਕਮੈਂਟ ਕਰ ਦਿਓ ਜੇ ਹੋਰ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਹੋਰ ਬਾਰੇ ਵੀਡੀਓ ਬਣਾਉਣੀ ਹੋਵੇ। ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਸਾਰਿਆਂ ਨੂੰ।